नमस्कार सर नमस्कार जी सर क्या नाम है आपका मेरा नाम जी राज कुमार है जी सर कहां से आए हैं मैं जी वैसे तो मेरा पीछा रहेगा हिमाचल का हैगा जी और मैं पंजाब से ही पढ़या लिखया पंजाब जी पलया हुए है हैं जी पंजाब से ही काम करता हुआ हूं जी तो गुरु जी ने दीक्षा ली है मैं 2013 में और मैं गुरु जी का सत्संग काफी टाइम से सुनदा आ रहा सी पर मेरे ज्ञान समझते नहीं आ रहा सी जी ਔਰ ਮੈਂ ਗੁਰੂ ਜੀ ਨੂੰ ਪਤਨੀ ਆਪਣੇ ਮਨ ਵਿੱਚੋਂ ਕੀ ਕੀ ਕਹਿੰਦਾ ਸੀ ਮੈਨੂੰ ਕੋਈ ਪਤਾ ਨਹੀਂ ਲੱਗ ਰਿਹਾ ਸੀ ਔਰ ਮੈਂ ਵੀ ਇਹ ਗੱਲ ਸੋਚਦਾ ਸੀ ਵੀ ਇਹ ਸੰਤ ਮਹਾਰਾਜ ਜੀ ਜਿਹੜੇ ਨੇ ਗਿਆਨ ਜਿਹੜੇ ਕਿਤਾਬਾਂ 'ਚ ਕੱਟ-ਕੱਟ ਦੇਈ ਜਾਂਦੀ ਹੈ ਪਰ ਮੇਰੀ ਸਮਝ ਤੇ ਨਹੀਂ ਆ ਰਹੀ ਉਦਾਂ ਮੈਂ ਦੇਖਦਾ ਹੁੰਦਾ ਸੀ ਤੇ ਉਸ ਟਾਈਮ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਗਿਆਨ ਦੀ ਵਿਧੀ ਕੀ ਹੈ ਪ੍ਰਮਾਤਮਾ ਨੂੰ ਕਿਸ ਤਰ੍ਹਾਂ ਪਾਇਆ ਜਾਂਦਾ ਤੇ ਮੈਂ ਬਾਕੀ ਦੀ ਭਗਤਾਂ ਦਾ ਵੀ ਗਿਆਨ ਸੁਣਦਾ ਹੁੰਦਾ ਸੀ ਕਿਉਂਕਿ ਮੇਰਾ ਕੰਮ ਹੀ ਟੀਵੀ ਰਿਪੇਅਰਿੰਗ ਦਾ ਹੈਗਾ ਆਪਣਾ ਟੀਵੀ ਦੇ ਸਾਹਮਣੇ ਸਾਰਿਆਂ ਨੂੰ ਲਾ ਕੇ ਵੀ ਸੁਣਾਉਂਦਾ ਹੁੰਦਾ ਸੀ ਦੁਕਾਨ ਦੇ ਉੱਤੇ ਬਾਹਰ ਤੇ ਪਰ ਮਗਰ ਜਦ ਗੁਰੂਜੀ ਦਾ ਆਸਤਾ ਚੈਨਲ ਦੇ ਵਿੱਚ ਮੈਨੂੰ ਯਾਦ ਹੈ ਵੀ 2008 9 ਦੇ ਵਿੱਚ ਮੈਂ ਇਹ ਸੱਸੰ ਸੁਣਦਾ ਹੁੰਦਾ ਸੀ ਤਾਂ ਮੈਨੂੰ ਇੰਨੇ ਚੰਗੇ ਨਹੀਂ ਸੀ ਲੱਗਦੇ ਹੁੰਦੇ ਸੀ ਭਗਤ ਜੀ ਸਰ ਸੰਤ ਰਾਮਪਾਲ ਜੀ ਮਾਰਾ ਸੇ ਨਾਮ ਦੀਖਸ਼ਾ ਲੈਣੇ ਸੇ ਪਹਿਲੇ ਕੀ ਆਪ ਕੋਈ ਭਗਤੀ ਸਾਧਨਾ ਕਰਤੇ ਸੇ ਦੇਖੋ ਜੀ ਜੋ ਸਾਡੇ ਬਜ਼ੁਰਗ ਕਰਦੇ ਸੀ ਦੇਵੀ ਦੇ ਜਾਣੇ ਬਾਬਾ ਵਾਲਕਨਾਥ ਦੇ ਜਾਣਾਂ ਗਾਜੀ ਔਰ ਮੰਦਰ ਮੰਦਰਾਂ ਸੇ ਜਾ ਕੇ ਮੱਥਾ ਟੇਕ ਲੈਂਦੇ ਸੀ ਪੀਰ ਕੇ ਦੇ ਪੀਰਾਂ ਦੀ ਦਰਗਾਹ ਤੇ ਜਾ ਕੇ ਮੱਥਾ ਟੇਕ ਲੈਣਾ ਇਹ ਸਾਡੀ ਪਛੋਕੜ ਜਿਹੜੀ ਮਤਲਬ ਧਾਰਮਿਕ ਜਿਹੜੀ ਸਾਡੀ ਹੈਗੀ ਸੀ ਰੀਤੀ ਰਿਵਾਜਾਂ ਅਨੁਸਾਰ ਪੂਜਾ ਸੀ ਕਰਦੇ ਸੀ ਜੀ ਤੁਸੀਂ ਅਜੋ ਭਗਤੀ ਸਾਧਨਾ ਆਪ ਪਹਿਲੇ ਕਰਤੇ تھے ਉਸੇ ਆਪਕੋ ਕਿਆ-ਕਿਆ ਲਾਭ ਹੋਏ ਦੇਖੋ ਇਹ ਤਾਂ ਸਾਨੂੰ ਵੀ ਨਹੀਂ ਪਤਾ ਲੱਗਿਆ ਜੀ ਜੀ ਅਸੀਂ ਵੀ ਤਾਂ ਲੱਗੇ ਰਹੇ ਜੀ ਲਕੀਰ ਦੇ ਫਕੀਰ ਬਣੇ ਰਹੇ ਜੀ ਅਸੀਂ ਵੀ ਸਾਨੂੰ ਨਾ ਤਾਂ ਸਾਡੇ ਕਿਸੇ ਮਾਤ ਪਿਤਾ ਨੇ ਦੱਸਿਆ ਵੀ ਇਹ ਭਗਤੀ ਸਹੀ ਹੈ ਜਾਂ ਗਲਤ ਹੈ ਜਿਸ ਤਰ੍ਹਾਂ ਸਾਡੇ ਮਾਤਾ ਪਿਤਾ ਕਰਦੇ ਰਿਹਾ ਉਸੇ ਤਰ੍ਹਾਂ ਅਸੀਂ ਕਰਦੇ ਰਹੇ ਜੀ ਤੇ ਜਦ ਸਾਨੂੰ ਹੁਣ ਵਿਧੀ ਪਤਾ ਲੱਗੀ ਹੈ ਤੇ ਹੁਣ ਫਿਰ ਮਾਲਕ ਦੇ ਗਿਆਨ ਨਾਲ ਜੁੜੇ ਹੈ ਜੀ ਅਸੀਂ ਤੇ ਹੁਣ ਵਿਧੀ ਦੇ ਅਨੁਸਾਰ ਹੀ ਭਗਤੀ ਕਰ ਰਹੇ ਹਾਂ ਜੀ ਤੋਂ ਸਰ ਸੰਤ ਰਾਮਪਾਲ ਜੀ ਮਹਾਰਾਜ ਕੀ ਸરણ ਮੈਂ ਆਪ ਕੈਸੇ ਆਏ ਸੰਤ ਰਾਮਪਾਲ ਜੀ ਮਹਾਰਾਜ ਇਸ ਤਰ੍ਹਾਂ ਆਏ ਹੈ ਜੀ ਮੇਰੀ 2012 ਦੇ ਵਿੱਚ ਦੁਕਾਨ ਜੱਸਿਆਂ ਰੋਡ ਤੋਂ ਚੱਕੀ ਗਈ ਸੀ ਤੇ ਮੈਂ ਆ ਕੇ 2012 ਦੇ ਵਿੱਚ ਘਰੇ ਆ ਕੇ ਦੁਕਾਨ ਆਪਣੇ ਬਣਾਈ ਸੀ ਬਣਾਉਣ ਤੋਂ ਬਾਅਦ ਭਗਤੀ ਮੇਰੀ ਦੁਕਾਨ ਦੇ ਆ ਕੇ ਕੋਈ ਕੰਮ ਕਮ ਨਹੀਂ ਹੁੰਦਾ ਸੀ ਮੈਂ ਆਪਣੇ ਟੀਵੀ ਲਾ ਕੇ ਆਪੇ ਗੁਰੂ ਜੀ ਦਾ ਗਿਆਨ ਸੁਣਦਾ ਰਹਿੰਦਾ ਸੀ ਪਰ ਜਦ ਮੈਂ 6 ਮਹੀਨੇ ਲਗਾਤਾਰ ਗੁਰੂ ਜੀ ਦਾ ਗਿਆਨ ਸੁਣਿਆ ਨਾ ਜਦ ਮੈਨੂੰ ਸਮਝ ਆਇਆ ਤਾਂ ਮੈਂ ਰੋਲੀ ਪਾਈ ਵੀ ਸੰਤ ਮਹਾਰਾਜ ਜੀ ਕੁਝ ਹਟ ਕੇ ਗਿਆਨ ਦੱਸ ਰਹੇ ਨੇ ਸਾਰਿਆਂ ਨੂੰ ਇਹ ਆਏ ਮਾਮੂਲੀ ਗਿਆਨ ਨਹੀਂ ਹੈਗਾ ਇਕ ਵੀਰ ਸਾਹਿਬ ਪਰਮਾਤਮਾ ਦਾ ਗਿਆਨ ਦੱਸ ਰਹੇ ਮੈਨੂੰ ਪਤਾ ਨਹੀਂ ਸੀ ਪਰ ਮੈਂ ਪਰਮੇਸ਼ਵਰ ਕਬੀਰ ਸਾਹਿਬ ਨੇ ਇਹ ਤਾਂ ਗੁਰੂ ਜੀ ਨੇ ਦੱਸਿਆ ਪਰਮੇਸ਼ਵਰ ਕਬੀਰ ਸਾਹਿਬ ਹੈ ਫਿਰ ਮੈਂ ਨੱਠ ਕੇ ਮਤਲਬ ਜਾਨੀ ਕਿ ਇਹ ਦਿਲ ਵਿੱਚ ਸੋਚ ਕੇ ਜਿੰਗਿਆ ਵੀ ਮੈਂ ਜਾ ਕੇ ਸਤਲੁਕ ਆਸ਼ਰਮ ਬਰਵਾਲਾ ਦੇਖ ਕੇ ਆਵਾਂ ਔਰ ਨਾਮਦਾਨ ਲੈ ਕੇ ਆਵਾਂ ਤੋ ਸਰ ਸੰਤ ਰਾਮਪਾਲ ਜੀ ਮਹਾਰਾਜ ਦੀ ਸੜ ਮੇ ਆਨੇ ਕੇ ਬਾਅਦ ਆਪਕੋ ਕਿਆ ਕਿਆ ਲਾਭ ਹੋਏ ਲਾਭ ਇਦਾਂ ਜੀ ਲਾਭ ਮੈਨੂੰ ਪ੍ਰਮਾਤਮਾ ਦੀ ਜਾਣਤੀ ਦੇ ਇੱਕ ਤਾਂ ਮੇਰਾ ਸਭ ਤੋਂ ਪਹਿਲਾ ਇਹ ਲਾਭ ਹੈ ਜੀ ਵੀ ਮੈਨੂੰ ਭਗਤੀ ਮਿਲੀ ਹੈ ਜੀ ਸਭ ਤੋਂ ਵੱਡਾ ਮੈਨੂੰ ਲਾਭ ਇਹ ਹੈ ਜੀ ਮੈਨੂੰ ਭਗਤੀ ਮਿਲ ਗਈ ਨਹੀਂ ਤਾਂ ਮੈਨੂੰ ਗੀਤਾ ਬਾਈਬਲ ਕੁਰਾਨ ਸ਼ਰੀਫ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਵੀ ਨੋਲੇਜ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਜੀ ਵੀ ਇਹਨਾਂ ਤੇ ਲਿਖਿਆ ਕੀ ਹੈਗਾ ਔਰ ਦੂਸਰਾ ਲਾਭ ਮੈਨੂੰ ਇਹ ਮਿਲਿਆਗਾ ਮੇਰੇ ਪਿਤਾ ਜੀ ਬਿਮਾਰ ਰਹਿੰਦੇ ਸੀ ਬਹੁਤ ਜ਼ਿਆਦਾ ਔਰ 2017 ਦੀ 12ਵੇਂ ਮਹੀਨੇ ਦੀ ਮੇਰੇ ਪਿਤਾ ਜੀ ਬਾਹਰ ਮਾਲਾ ਫੇਰਦੇ ਪਏ ਸੀ ਦੁਕਾਨ ਤੇ ਉਹਨਾਂ ਨੂੰ ਇੱਕਦਮ ਝਟਕਾ ਆਇਆ ਉਹ ਹੱਥ ਪੈਰ ਉਹਨਾਂ ਦੇ ਕੰਮ ਕਰਨੇ ਛੱਡ ਗਏ ਤੇ ਮੇਰੇ ਬੇਟੇ ਨੇ ਮੈਨੂੰ ਦੱਸਿਆ ਵੀ ਡੈਡੀ ਬੀ ਸਮਨ ਬਾਬਾ ਜੀ ਨੂੰ ਆ ਗੱਲ ਹੋ ਗਈ ਆ ਤਾਂ ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਘਰੇ ਬੈਠਾ ਉਹ ਕਹਿੰਦੀ ਗੱਲਾਂ ਉਹਨਾਂ ਨੇ ਚੱਕਿਆ ਚੱਕ ਕੇ ਮੋਟਰਸਾਈਕਲ ਤੇ ਲੈ ਗਿਆ ਤੇ ਡਾਕਟਰ ਸਾਹਿਬ ਕਹਿਣ ਲੱਗੇ ਉਹਨਾਂ ਨੂੰ ਜਾ ਕੇ ਦਿਖਾਇਆ ਕਹਿਣ ਤੋਂ ਬਾਅਦ ਡਾਕਟਰ ਸਾਹਿਬ ਦਵਾਈ ਦਿੱਤੀ ਤੇ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੂੰ ਕੀ ਗੱਲਬਾਤ ਹੋ ਗਈ ਆ ਤਾਂ ਡਾਕਟਰ ਸਾਹਿਬ ਕਹਿਣ ਲੱਗੇ ਆ ਵੀ ਇਹਨਾਂ ਦੀ ਕੋਈ ਨਾ ਮਾਈਂਡ ਦੀ ਨਸ ਬਲੌਕ ਹੋ ਗਈ ਆ ਅੰਦਰੋਂ ਵੀ ਤੁਸੀਂ ਇਹਨਾਂ ਦੇ ਚੈੱਕਅਪ ਕਰਾਓ ਜਿਸ ਵਕਤ ਮੇਰੇ ਡੈਡੀ ਰਿਟਾਇਰਮੈਂਟ ਫੌਜੀ ਹੈਗੇ ਆ ਉਹਨਾਂ ਦਾ ਚੈੱਕਅਪ ਵੀ ਮਿਲਟਰੀ ਦੇ ਵਿੱਚ ਹੀ ਹੁੰਦਾਗਾ ਤੇ ਚੈੱਕਅਪ ਕਰਾਉਣ ਵੇਲੇ ਜਿਸ ਲਗੇ ਡਾਕਟਰਾਂ ਨੇ ਵੀ ਉਹਨਾਂ ਨੇ ਦੇਖਿਆ ਉਹਨਾਂ ਨੇ ਵੀ ਹਾਂ ਭਰੀ ਆ ਵੀ ਹਾਂ ਹੋ ਸਕਦਾ ਵੀ ਆਪਰੇਟ ਦੀ ਨੋਬਤ ਵੀ ਆ ਜਾਵੇ ਔਰ ਉਹਨਾਂ ਨੇ ਕਿਹਾ ਵੀ ਥੋੜੇ ਦਿਨ ਤੁਸੀਂ ਦਵਾਈ ਖਾਓ ਦੇਖੋ ਵੀ ਇਹ ਨਸ ਖੁੱਲਦੀ ਜਾਂ ਨਹੀਂ ਖੁੱਲਦੀ ਹੈ ਤੇ ਇੱਧਰ ਅਸੀਂ ਬੰਦੀ ਛੋੜ ਸਤਗੁਰੂ ਰਾਮਪਾਲ ਜੀ ਮਹਾਰਾਜ ਜੀ ਅੱਗੇ ਵੀ ਪ੍ਰਾਰਥਨਾ ਲਈ ਸੀ ਵੀ ਇਹ ਮਾਲਿਕ ਹੈ ਵੀ ਦਾਸ ਨੂੰ ਇਹ ਗੱਲਬਾਤ ਹੋ ਗਈ ਹੈ ਤਾਂ ਪ੍ਰਮਾਤਮਾ ਨੇ ਸਨ ਚੌਥੇ ਦਿਨੀ ਇਹ ਰਿਜ਼ਲਟ ਦੇ ਦਿੱਤਾ ਤਾਂ ਡਾਕਟਰ ਸਾਹਿਬ ਕਹਿੰਦੇ ਵੀ ਕੌਣ ਕਹਿ ਰਿਹਾਗਾ ਵੀ ਆਪਰੇਟ ਹੋਣ ਵਾਲਾਗਾ ਕੋਈ ਵੀ ਨਹੀਂ ਕਿਹਾ ਅਸੀਂ ਕਿਹਾ ਜੀ ਤੁਹਾਡੀ ਤਾਂ ਰਿਪੋਰਟ ਕੀਤੀ ਹੋਈ ਐ ਕਹਿੰਦੇ ਨਹੀਂ ਨਹੀਂ ਕੋਈ ਕੋਈ ਨਹੀਂ ਹੋਣ ਵਾਲਾ ਆਪਰੇਟ ਤੁਸੀਂ ਦਵਾਈ ਲਓ ਤੁਸੀਂ ਠੀਕ ਐ ਕਹਿੰਦੇ ਕੋਈ ਨੋ ਆਪਰੇਟ ਦੀ ਨੋਬਤ ਨਹੀਂ ਆ ਹੁਣ ਥੋੜੇ ਅੱਜ ਕੱਲ ਦੀ ਹੀ ਨੋਬਤ ਐ ਮੇਰੀ ਬੇਟੀ ਕੱਲ ਸਵੇ ਮਨਛਾਮੀ 6 ਵਜੇ ਮੈਂ ਦੁਕਾਨ ਤੇ ਬਿਲਕੁਲ ਸਹੀ ਕੰਮ ਛੱਡ ਕੇ ਗਿਆ ਉਦੀ ਮੰਮੀ ਵੀ ਨਾਲ ਦੁਕਾਨ ਤੇ ਬੈਠੀ ਸੀ ਤੇ ਸ਼ਾਮ ਨੂੰ ਜਲ ਕੇ 6:30 ਵਜੇ ਹੋਏ ਨੇ ਇਕਦਮੀ ਚਾਣ ਕੇ ਉਹਦੇ ਹੱਥ ਪੈਰ ਮੁੜ ਗਏ ਨੇ ਕੋਈ ਪਤਾ ਨਹੀਂ ਲੱਗਿਆ ਕੀ ਗੱਲ ਉਹ ਵੀ ਮੇਰੇ ਬੇਟੇ ਨੇ ਮੈਨੂੰ ਬਾਹਰ ਬੈਠੇ ਹੋਏ ਦੁਕਾਨ ਦੇ ਸੱਭ ਡੈਡੀ ਕਰੇ ਕਿ ਉਸ ਨੂੰ ਕੁਝ ਹੋਇਆ ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਐ ਜਦ ਮੈਂ ਘਰ ਆ ਕੇ ਦੇਖਿਆ ਤਾਂ ਮੇਰੀ ਬੇਟੀ ਮੰਜੇ ਤੇ ਲੰਮੀ ਪਈ ਐ ਕਿ ਮੁਰਦਾ ਟਾਈਪ ਤੇ ਇੰਨੀ ਉੱਚੀ ਉੱਚੀ ਖਿੱਚ ਖਿੱਚ ਕੇ ਸਾਹ ਲੈ ਬਈ ਮੈਨੂੰ ਖੁਦ ਨੂੰ ਯਕੀਨ ਨਹੀਂ ਹੋ ਰਿਹਾ ਵੀ ਮੇਰੀ ਬੇਟੀ ਨੂੰ ਕੀ ਗੱਲਬਾਤ ਹੋ ਗਈ ਐ ਮੈਂ ਤਾਂ ਹਾਬ ਹਰਾਨ ਪਰੇਸ਼ਾਨ ਵੀ ਮੇਰੀ ਬੱਚੀ ਇਕਦਮ ਸਹੀ ਸਲਾਮਤ ਕੋਈ ਦੁੱਖ ਤਕਲੀਫ ਨਹੀਂ ਨੂੰ ਵੀ ਇੱਕਦਮ ਕੀ ਗੱਲ ਹੋ ਗਈ ਆ ਮੈਨੂੰ ਕੋਈ ਸੋਝਿਆ ਨਹੀਂ ਪਰ ਮੈਂ ਮਾਲਿਕ ਅੱਗੇ ਪ੍ਰਾਰਥਨਾ ਕੀਤੀ ਇਹ ਬੰਦੀ ਛੋੜ ਵੀ ਸਾਡਾ ਹੁਣ ਇਸ ਜਾਗੇ ਵਿੱਚ ਕੋਈ ਵੀ ਹੈ ਨਹੀਂ ਤੇ ਤੋ ਸਵਾਈ ਮੇਰਾ ਇਸ ਜਾਗੇ ਵਿੱਚ ਕੋਈ ਵੀ ਹੈ ਨਹੀਂ ਨਾ ਰਿਸ਼ਤੇਦਾਰ ਨਾ ਭੈਣ ਨਾ ਭਰਾ ਜੇ ਤੇਰੇ ਦਾਸ ਨੂੰ ਹਜ ਲਾਜ ਲੱਗੀ ਤੇ ਮੈਂ ਤੇਰੇ ਗੁਣਾਂ ਦਾ ਗਾ ਕਦੇ ਵੀ ਗੁਣ ਗਾਣ ਨਹੀਂ ਕਰ ਸਕਦਾ ਬਾਹਰ ਜਾ ਕੇ ਕਿਉਂਕਿ ਮੈਂ ਹਿੱਕ ਤਾਂਣ ਤਣ ਕੇ ਤੇਰੇ ਗੁਰੂ ਦੀ ਮੈਂ ਮੈਂ ਮਾ ਤੇ ਬਖਾਨ ਕਰਦਾ ਇਹ ਬੰਦੀ ਛੋੜ ਮੁਰਦੇ ਜਿੰਨਾ ਘਰ ਦਿੰਦੇ ਜੇ ਅਜ ਤੇਰੇ ਪਖਤਨ ਪਰ ਮੇਰੇ ਛੋਟੇ ਬਣੋਈ ਸਾਹਿਬ ਆਏ ਉਹਨਾਂ ਨੇ ਨਬੋਤ ਪ੍ਰਣਾਮ ਕਰਾਇਆ ਮੇਰੀ ਬੇਟੀ ਨੇ ਜਲ ਪਲਾਇਆ ਸਾਰਿਆਂ ਨੇ ਮੰਗਲਾਚਾਰਨ ਕੀਤੀ ਗੁਰੂ ਜੀ ਦੇ ਸਿਮਰਨ ਕੀਤੇ ਪ੍ਰਾਰਥਨਾ ਲਾਈ ਪ੍ਰਾਰਥਨਾ ਨਾਲ ਤੋਬਾ ਸਾਡੇ ਬਨੂਜੀ ਸਾਹਿਬ ਕਹਿੰਦੀ ਹੈ ਵੀ ਚਲੋ ਡਾਕਟਰ ਕੋਲ ਲੈ ਕੇ ਚੱਲਦੇ ਆ ਮੈਂ ਕਿਹਾ ਚਲੋ ਜੀ ਠੀਕ ਹੈ ਜੀ ਉਸ ਵੇਲੇ ਐਂਬੂਲੈਂਸ ਅਸੀਂ ਕਪੂਰ ਹਸਪੀਟਲ ਤੋਂ ਸਾਨੂੰ ਜਵਾਬ ਮਿਲ ਗਿਆ ਸੀ ਵੀ ਇਹਨੂੰ ਤੁਸੀਂ ਦਿਆਨੰਦ ਲੈ ਜਾਓ ਦਿਆਨੰਦ ਲਿਜਾਣ ਤੋਂ ਬਾਅਦ ਅਸੀਂ ਐਂਬੂਲੈਂਸੇ ਪਾ ਕੇ ਜਿਸ ਨੇ ਲੜਕੀ ਲੱਗੇ ਉਸ ਲੜਕੀ ਨੇ ਮੈਨੂੰ ਵਿੱਚ ਕਿਹਾ ਵੀ ਡੈਡੀ ਤੁਸੀਂ ਮੈਨੂੰ ਬਚਾ ਸਕਦੇ ਮੈਂ ਕਿਹਾ ਨਹੀਂ ਬੇਟਾ ਮੈਂ ਨਹੀਂ ਬਚਾ ਸਕਦਾ ਜੇ ਬਚਾ ਸਕਦਾ ਗੁਰੂ ਸੰਤ ਰਾਮਪਾਲ ਜੀ ਮਹਾਰਾਜ ਬਚਾ ਸਕਦੇ ਕਬੀਰ ਪਰਮੇਸ਼ਵਰ ਹੈ ਉਹ ਤਾਂ ਮੁਰਦੇ ਨੂੰ ਜ਼ਿੰਦਾ ਕਰ ਦਿੰਦੇ ਨੇ ਆਪਾਂ ਨੂੰ ਕੀ ਐਡੀ ਕਬਰਾਂਉਣ ਦੀ ਜ਼ਰੂਰਤ ਪਈ ਆ ਫਿਰ ਵੀ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਜਦੋਂ ਹਸਪੀਟਲ ਪਹੁੰਚੇ ਸਟਿਚ ਤੇ ਪਾਇਆ ਉਹਨਾਂ ਨੇ ਸਾਰਾ ਟ੍ਰੀਟਮੈਂਟ ਪੁੱਛਿਆ ਜੀ ਸਾਰੀਆਂ ਪਿਛਲੀਆਂ ਰਿਪੋਰਟਾਂ ਵੀ ਦਿਖਾ ਦਿੱਤੀਆਂ ਦਿਖਾਉਣ ਤੋਂ ਬਾਅਦ ਉਹਨਾਂ ਨੇ ਸਾਨੂੰ 8:30 ਵਜੇ ਦਵਾਈ ਦੇ ਕੇ ਉਹਨਾਂ ਨੇ ਕਿਹਾ ਵੀ ਕੋਈ ਕਿਸੇ ਪਾਸੇ ਦੀ ਕਬਰਾਂਣ ਦੀ ਲੋੜ ਨਹੀਂ ਹੈਗੀ ਆ ਕਿਉਂਕਿ ਅਸੀਂ ਗੁਰੂ ਜੀ ਦਾ ਗੇ ਪ੍ਰਾਰਥਨਾ ਲਈ ਹੋਈ ਸੀ ਬਿਹਿੇ ਬੰਦੀ ਸ਼ੋਰ ਜੇ ਤੁਹਾਡੇ ਭਗਤਾਂ ਨਾਲ ਇਹ ਕੰਮ ਹੋਣ ਲਾਪੇ ਫਿਰ ਤੁਹਾਡੀ ਮਹਿਮਨ ਕੋਣ ਮੰਨੇਗਾ ਮਾਲਕ ਤੂੰ ਹੀ ਤਾਂ ਸਭ ਨੂੰ ਤਾਰਨ ਹਾਰੇ ਆਂ ਮਾਲਕ ਅਸੀਂ ਤਾਂ ਤੁਹਾਡੇ ਬੱਚੇ ਆਂ ਦਾਸ ਅਸੀਂ ਗਲਤੀ ਵੀ ਹੁਣਤ ਹੋ ਗਈ ਹੋ ਗਈ ਦਾਤਾ ਅਸੀਂ ਤੁਸ਼ ਬੁੱਧੀ ਜੀਬ ਜਾਣ ਕੇ ਮਾਫ ਕਰ ਦਿਓ ਬੰਦੀ ਸ਼ੋਰ ਇੰਨੀ ਗੱਲ ਮਾਲਕ ਦੀ ਅਸੀਂ ਜਿਸਲੇ ਹਸਪੀਟਲ ਦੇ ਵਿੱਚ ਆਪਚੀਆਂ ਕਰ ਰਹੇ ਸੀ ਤਾਂ ਬੇਟੀ ਮੇਰੀ ਕਹਿੰਦੀ ਮੈਨੂੰ ਘਰ ਨੂੰ ਲੈ ਚੱਡਿ ਆੜੀ ਮੈਂ ਹਸਪੀਟਲ ਦਾਖਲ ਨਹੀਂ ਹੋਣਾ ਮੈਨੂੰ ਗੁਰੂ ਜੀ ਆ ਗਏ ਮੇਰੇ ਮੇਰੇ ਪ੍ਰਾਣ ਵਾਪਸ ਕਰਤੇ ਪ੍ਰਮਾਤਮਾ ਨੇ ਆ ਕੇ ਮੇਰੇ ਪ੍ਰਾਣ ਖਿੱਚੇ ਜਾ ਰਹੇ ਸੀ ਮੈਂ ਕਿਹਾ ਬੇਟਾ ਮੈਂ ਕੀ ਥਾਰੇ ਪ੍ਰਾਣਾ ਜਖਸਾ ਕਰਨੀ ਮਾਲਕ ਨੇ ਮੈਂ ਤਾਂ ਤੁਹਾਨੂੰ ਪਹਿਲੇ ਹੀ ਦੱਸ ਰਿਹਾ ਸੀ ਵੀ ਪਰਮੇਸ਼ਵਰੀ ਜੋ ਕੁਝ ਕਰ ਸਕਦੇ ਨੇ ਬਾਕੀ ਹੋਰ ਕੋਈ ਨਹੀਂ ਕਰ ਸਕਦਾ ਇਸ 21 ਬ੍ਰਹਮੰਡ ਦੇ ਵਿੱਚ ਕੋਈ ਵੀ ਕੁਝ ਨਹੀਂ ਕਰ ਸਕਦਾ ਚਲੋ ਸ਼ਾਮ ਨੂੰ ਅਸੀਂ ਜਿਸ ਲਈ ਅਸੀਂ ਵਾਪਸ ਆਪਣੀ ਬੇਟੀ ਲੈ ਕੇ ਘਰੇ ਆਏ ਆ ਅੱਜ ਮੇਰੀ ਬੇਟੀ ਬਿਲਕੁਲ ਮੇਰੇ ਨਾਲ ਇਸ ਵੇਲੇ ਬਾਹਰ ਹੈਗੀ ਆ ਖੜੀ ਹੋਈ ਹੈ ਨੋ ਪਰ ਨੋ ਹੈ ਜੀ ਬਾਕੀ ਬੰਦੀ ਛੋੜ ਪ੍ਰਮਾਤਮਾ ਦੇ ਅੱਗੇ ਇਹੀ ਮੇਰੀ ਅਰਦਾਸ ਹੈ ਬੰਦੀ ਛੋੜ ਆਪਣੇ ਭਗਤਾਂ ਤੇ ਉੱਤੇ ਐਸੀ ਤਰ੍ਹਾਂ ਮਿਹਰ ਭਰਿਆ ਹੱਥ ਰੱਖਿਓ ਮਾਲਿਕ ਮਿਹਰ ਭਰਿਆ ਹੱਥ ਰੱਖਿਓ ਕਿਉਂਕਿ ਅਸੀਂ ਮਾਲਿਕ ਤੇਰੇ ਬੱਚੇ ਆਂ ਬੱਚਿਆਂ ਕੋਲ ਕਈ ਪ੍ਰਕਾਰ ਦੀਆਂ ਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਹੇ ਬੰਦੀ ਛੋੜ ਤੁਸੀਂ ਸਭ ਨੂੰ ਮਾਫ ਕਰਨ ਵਾਲੇ ਆ ਸਭ ਨੂੰ ਮਾਫ ਕਰਨੇ ਬੰਦੀ ਛੋੜ ਆਪਨੇ ਬਤਾਇਆ ਕਿ ਆਪਕੋ ਸੰਤ ਰਾਮਪਾਲ ਜੀ ਮਹਾਰਾਜ ਕੀ ਸੜਮੇ ਆਨੇ ਕੇ ਬਾਦ बहुत लाभ प्राप्त हुए आपकी बेटी को जीवन दान मिला तो आप श्रद्धालुओं को क्या संदेश देना चाहेंगे देखो जी मैं श्रद्धालुओं के प्रार्थना करागा हाथ जोड़ के पूरे जिन्ने भी संसार के ए बैठे ने साडे जिन्ने भी धर्म गुरु बैठे ने पहला तो मैं इन्हें अगर आरा ए प्रार्थना करागा मैं नाम नहीं लवागा किसी गुरु का भी और मेरा संकेत समझ लियो उन्होंने गुरुआ वाल हो गया जेडे अज ਸ਼ਾਸਤਰ ਵਿਧੀਆਂ ਤੋਂ ਤਿਆ ਕਿ ਮਨਮਾਨਾ ਆਚਰਨ ਕਰਾ ਰਹੇ ਨੇ ਆਪਣੇ ਭਗਤਾਂ ਉਤੇ ਨਾ ਤਾਂ ਉਹਨਾਂ ਨੂੰ ਕੋਈ ਲਾਭ ਹੋ ਸਕਦਾ ਨਾ ਉਹਨਾਂ ਨੂੰ ਕੋਈ ਸੁੱਖ ਹੋ ਸਕਦਾ ਨਾ ਉਹਨਾਂ ਨੂੰ ਕੋਈ ਉਹਨਾਂ ਦੀ ਕੋਈ ਗਤੀ ਹੋ ਸਕਦੀ ਹੈ ਇਹ ਦਾਸ ਇੱਕ ਤਾਣ ਕੇ ਗੱਲ ਕਹਿ ਰਿਹਾ ਤੁਹਾਨੂੰ ਕੋਈ ਮੈਂ ਝੂਠ ਨਹੀਂ ਕਹਿ ਰਿਹਾ ਕਿਉਂਕਿ ਇਹ ਗੀਤਾ ਜੀ ਦੇ ਅੰਦਰ ਪ੍ਰਮਾਣ ਹੈ 16ਵੇਂ ਅਧਿਆਇ ਦਾ 23ਵਾਂ ਸ਼ਲੋਕ ਕਿਉਂਕਿ ਦਾਸ ਨੂੰ ਪ੍ਰਮਾਤਮਾ ਨੇ ਐਸ ਵੇਲੇ ਮਨੀਟਰ ਬਣਾ ਛੱਡਿਆ ਕਲਾਸਾਂ ਦਾ ਮੈਂ ਤਾਂ ਧਰਮ ਗੁਰੂਆਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਵੀ ਸਾਰੇ ਧਰਮ ਗੁਰੂ ਜਿੰਨੇ ਵੀ ਹੈਗੇ ਨੇ ਇਸ ਬ੍ਰਹਮੰਡ ਦੇ ਵਿੱਚ ਰਹਿੰਦੇ ਆ ਕੇ ਸੰਤ ਰਾਮਪਾਲ ਜੀ ਮਹਾਰਾਜ ਦੀ ਸ਼ਰਨ ਗ੍ਰਹਿਣ ਕਰਨ ਔਰ ਆਪਣਾ ਵੀ ਕਲਿਆਣ ਕਰਾਣ ਤੇ ਆਪਣੇ ਸ਼ਰਧਾਲੀਆਂ ਦੇ ਵੀ ਐਵੇਂ ਉਲਟੀ ਉਲਟੀ ਸਿੱਧੀ ਕਿਸੇ ਨੂੰ ਵੀ ਕੋਈ ਵੀ ਗਿਆਨ ਦੇ ਕੇ ਪਰਮਤ ਨਾ ਕਰੋ ਨਾ ਪਾਪ ਦੇ ਭਾਗੀ ਬਣੋ ਤੁਸੀਂ ਮੈਂ ਸਾਰਿਆਂ ਦਾ ਟੀਵੀ ਉੱਤੇ ਗਿਆਨ ਸੁਣਦਾਗਾ ਕਿਉਂਕਿ ਮੈਂ ਹਰ ਟਾਈਮ 'ਚ 24 ਘੰਟੇ ਟੀਵੀ ਦੇ ਮੋਹਰੇ ਬੈਠਾ ਹੁੰਦਾਗਾ ਮੈਂ ਕਈਆਂ ਦਾ ਸੁਣਦਾ ਬਾਬਿਆਂ ਦਾ ਗਿਆਨ ਇਸ ਕਰਕੇ ਮੇਰੀ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਵੀਰ ਨੇ ਨਾ ਸਾਰਿਆਂ ਨੇ ਮੇਰੀ ਹੱਥ ਜੁੜ ਕੇ ਪ੍ਰਾਰਥਨਾ ਹੈ ਜਲਦੀ ਜੇ ਜਲਦੀ ਗੁਰੂਦੇਵ ਸਤਗੁਰੂ ਸੰਤ ਰਾਮਪਾਲ ਜੀ ਮਹਾਰਾਜ ਦੀ ਜੀ ਸ਼ਰਨ ਵਿੱਚ ਆ ਕੇ ਨਾਮ ਉਪਦੇਸ਼ ਲੇਵੋ ਤੇ ਆਪਣੇ ਜੀਵਨ ਨੂੰ ਸੁਖੀ ਬਣਾਓ। ਧੰਨਵਾਦ ਸਰ। ਸੱਸਾ